हेलो गाइस, की हाल चाल है? होपफुली तुसी ठीक ठाक होंगे। वेलकम बैक टू द चैनल, माय नेम इज हरप्रीत एंड थोड़ा स्वागत करते हैं। तो आज की वीडियो मित्रों आए हैं आप चले घूम फिरन, थोड़ा लेके चलते हैं एडवेंचर लई। तो एक इतों अपने घर तो 30 मिनट दूर जाना गा, तो एक अपना वो इतने ट्यूलिप गार्डन आ, थोड़ा दिखावे बेसिकली फुल दिखा जाने, बहुत सोहने सोहने तरह के फुल होंगे। तो आज फिर चलिए, रेडी हूँ? यप, आज फिर भजाओ। चलो, भरिया पे अज का काम है ना? या किन्ने लोग ने यार, ये सारे मेनू तो उधर ही आंदे ने। हां, जिधर नु आपा चलने आ उधर ही आ रहे ने। इधर मम्मी है ना, उधर हुन मोड़न वाले बाले ने कदे बंद तो नहीं हो गया? हां हैं, चलो कोई की पता, आपा बाहरो देख के आ जांगे। आओ जान वाले घट ने, मोड़न वाले बाले ज्यादा ने। आई डोंट नो व्हाट्स हैपन मम्मी, यू डोंट नो व्हाट हैपन। इधर भी दूर दूर जे घर जे सोना चाहिए। ਕੱਪੜੇ ਸੁੱਕਣੇ ਪਏ ਵੇ ਬਾਹਰ, ਇੰਨੀ ਮਿੱਟੀ ਉੜਦੀ ਆ, ਉਹਨਾਂ ਦਾ ਫਾਇਦਾ ਕੀ ਆ? ਉਹ ਦੇ ਝੰਡੇ ਲੱਗੇ ਵੇ ਉੱਥੇ ਤਾਂ ਨਹੀਂ ਕਿਤੇ, ਉਹ ਆ ਗਿਆ ਫਲੈਗ ਲੱਗੇ ਵੇ। ਰਾਜ ਹੀ ਆ ਗਿਆ ਕੰਮਾਂ ਦੇ, ਕਿੱਥੇ ਆ? ਆ ਦੇ ਹੋ ਗਿਆ ਸ਼ੁਰੂ ਕੰਮਾਂ ਦੇ ਇੱਧਰ। ਓਏ ਆ ਫਲਾਵਰ, ਅੱਛਾ ਆ ਦੇ ਰੋਵੇ। ਓਕੇ, ਆ ਹੀ ਨੇ, ਆ ਦੇ ਆ ਫੁੱਲ ਨੇ। ਅਰੇ ਉਹ ਤੈਨੂੰ ਕੀ ਸੀ, ਫੁੱਲ ਦਿਖਾਉਣ ਹੀ ਲੈ ਕੇ ਆਇਆ ਸੀ, ਹੋਰ ਤੈਨੂੰ ਮੈਂ ਹੀ ਦਿਖਾਉਂਦੇ ਆਈ। चलो पर सोना लगता काठी बहुत, किसी बंदे दी लाए हुए ने। लिया कोई नहीं, पुछना पहला मैं गड्डी तक मारी है। पार्किंग करके जाना पौगा उतर के। हाँ। ट्राली च बैठ जांदे आ, राइड भी दिंदे आ है ट्राली च बिठा के। ਆ ਜਾਂਦੇ ਆ।
ਇਧਰ ਦੀ ਐਂਟਰੀ ਹਾਂ ਉਹ ਪਰਪਲ ਵਾਲੇ ਤਾਂ ਬੜੀ ਸੋਹਣੇ ਆ ਹੈ ਪਰਪਲ ਵਾਲੇ ਤਾਂ ਬੜੀ ਸੋਹਣੇ ਆ ਮੁਕਤਿਆ ਦੇ ਫਲਾਵਰ ਵਧੀਆ ਕਿਸੇ ਨੇ ਦਿਮਾਗ ਵਰਤਿਆ ਉਹਨਾਂ ਨੇ ਆਪਣੇ ਖੇਤੀ ਦਾ ਜਿਵੇਂ ਆਟਾ ਇੱਕ ਟੂਰਿਜ਼ਮ ਬਣਾਤਾ ਨਾਲੇ ਖੇਤੀ ਚੋਂ ਪੈਸੇ ਨਾਲੇ ਪੰਜਾਬ 'ਚ ਵੀ ਸ਼ਾਇਦ ਆਪਾਂ ਹੀ ਕਰ ਸਕਦੇ ਪਰ ਆਪਣੇ ਲੋਕ ਪੈਸੇ ਨਹੀਂ ਦਿੰਦੇ ਫਰੀਦ ਤਾਂ ਦੇਖਣ ਆ ਜਾਣਗੇ ਇੱਥੇ ਕੀ ਹੈ ਚੱਲੀਏ ਇੱਧਰ ਨੂੰ ਚੱਲੀਏ ਪਹਿਲਾਂ ਟਰੱਕ ਦੀ ਟਰਾਲੀ ਦੀ ਜਾ ਕੇ ਆਈ ਉਹਦੇ ਅੰਦਰ ਵੀ ਕੁਛ ਚੱਲ ਰਿਹਾ ਹਾਂਜੀ ਦੇਖੋ ਜੀ ਕਿੰਨੇ ਵਧੀਆ ਫੁੱਲ ਨੇ ਪਰ ਵਿੱਚ ਆ ਕੇ ਤਾਂ ਗੰਦਾ ਜਿਹਾ ਹੀ ਹੋ ਗਿਆ ਪਤਾ ਨੀ ਕਿਉਂ ਬਾਹਰ ਹੀ ਨੀਲਾ ਨੀਲਾ ਸੋਹਣਾ ਲੱਗਦਾ ਉਹ ਖੂਹ ਵਾਂਗੂ ਬਣਿਆ ਪਿਆ ਉਹਦੇ ਹੈਲੋ ਆਉਂਦੇ ਹਾਂਜੀ ਆਪਣੇ ਚਲ ਕੋਈ ਗੱਲ ਨੀ ਬੁੱਤ ਉਹਦਾ ਲਿਬੜੂਗਾ ਜੀ ਤੇ ਆਹ ਦੇਖੋ ਪੰਜਾਬ ਵਾਂਗੂ ਟਿੰਡਾ ਹਨਾ ਕਿਵੇਂ ਲੱਗਿਆ ਫਿਰ ਆ ਕੇ ਪਹਿਲਾਂ ਤਾਂ ਹੋਰ ਹੀ ਹੋ ਗਿਆ ਸੀਗਾ ਵੀ ਛੇਤੀ ਬੰਦ ਹੋ ਜਾਣਾ ਉਈ ਘਾਬਰ ਗਈ ਮੈਂ ਕਿਹਾ ਕੋਈ ਨੀ ਕਿਤੇ ਨੀ ਬੰਦ ਹੁੰਦਾ ਪੈਸੇ ਵੀ ਅਗਲੇ ਨੇ ਕਿਸੇ ਨੇ ਲੈਣੇ ਬੰਦ ਕਰੇ ਨੋਟ ਬੰਦ ਆ ਅਗਲੇ ਨੂੰ ਅਗਲਾ ਕਹਿੰਦਾ ਚਾਹੇ ਸਾਰੀ ਰਾਤ ਬੈਠੇ ਰਹੋ ਫੁੱਲਾਂ ਨੇ ਬਹਿਜਾ ਬਹਿਜਾ ਕਰਾਈ ਪਈ ਹੈ ਲੁਕਸ ਰੀਅਲੀ ਨਾਈਸ ਅੰਦਰ ਜਾ ਕੇ ਦੇਖਦੇ ਆ ਕੀ ਆ ਚੱਲੀਏ ਜੀ ਆਇਆ ਖਾਣ ਪੀਣ ਨੀ ਚੱਲ ਰਿਹਾ ਇੱਥੇ ਅੰਦਰ ਤੋਂ ਸਮਾਨ ਇਹ ਬਾਰਨ ਜੀ ਦੇ ਵਿੱਚ ਆ ਆ ਕੀ ਆ ਤਾਂ ਉਹ ਤਾਂ ਮੈਨੂੰ ਅੰਦਰ ਕਾਫੀ ਕੋਈ ਕਾਫੀ ਵਾਲਾ ਲੱਗਦਾ ਕੰਮ ਹੈ ਵੀਰ ਹੋਰ ਵਾਈਨ ਬੋਲੇ ਨਾ ਦੇ ਹਾਂ ਇਹ ਕਾਈਂਡ ਆਫ ਉਹਦੇ ਫੁੱਲ ਪੈਕਦੇ ਖੇਤਾਂ ਚ ਲਾਏ ਪਏ ਨੇ ਥੋੜਾ ਥੋੜਾ ਫਰਕ ਆ ਜਿਵੇਂ ਆ ਜਿਵੇਂ ਡਿਫਰੈਂਟ ਨੇ ਥੋੜੇ ਜੇ ਪਰਪਲ ਵੀ ਸੋਹਣੇ ਨੇ ਯੈਲੋ ਵੀ ਆ ਸਾਰੇ ਆ ਚਾਰੇ ਪੰਜੇ ਵਧੀਆ ਨੇ ਆ ਵੀ ਉਹ ਦੇ ਉਹ ਕਲਰਫੁੱਲ ਕਿੰਨੇ ਸੋਹਣੇ ਆ ਯੈਲੋ ਤੇ ਰੈੱਡ ਮਿਕਸ ਹੋ ਦੇ ਉਧਰ ਇਧਰ ਦੂਜੇ ਚ ਹੋ ਦੇ ਉਹ ਹਾਂ ਬਹੁਤ ਸੋਹਣੇ ਆ ਤਿਆਰ ਕਰ ਸੁਣ ਆ ਇੱਥੇ ਪਿਕਚਰਾਂ ਖਿਚਾਉਣ ਨੂੰ ਸਾਰਾ ਬਣਿਆ ਪਿਆ ਆ ਵੀ ਆਪਦੇ ਨੇ ਇਹਨਾਂ ਨੇ ਐਂ ਲਾਇਆ ਹੋਇਆ ਵੀ ਉਹ ਫੁੱਲ ਵੇਚਦੀ ਆ ਖੜੀ ਜਿੱਥੇ ਕਿਸੇ ਨੇ ਫੋਟੋ ਖਿਚਾਉਣੀ ਹੋਵੇ ਹਾਂ ਪੁਰਾਣੇ ਜ਼ਮਾਨੇ ਜਿਵੇਂ ਸੀਗਾ ਆ ਮੈਨੂੰ ਬਹੁਤ ਜ਼ਰਾ ਦੇ ਬੋਲਦੇ ਨੇ ਜਿਹੜੀਆਂ
फोटो खिचाउण नूं बणिया होया बणाया होया कॉर्नर जिहा इहनां ने बहुत वधिया हैगा या बहुत सोहणी फोटो आउंदी आ पिछे बैकग्राउंड बहुत सोहणा आउंदा है कोह पाया थोड़ा जिहा चलो चलिए बाहर जे किसी ने फॉलो लेने इतने टैब टैब ने जिहड़ियां वो लाइया हुई ने अड अड तीन चार जगह से उतों आपके ऑर्डर कर दो तो फिर उतों वो वाले स्टेशन तो वो वाले तो पिकअप कर लो ग्रीन बीनस अच्छा फार्म का को ड्रेसिंग पई है enjoy the beauty साउंड की पता बहुत ज्यादा प्रॉब्लम है क्योंकि बाहर हवा चलती है ਇਸਲਈ ਸੌਰੀ ਜੇ ਸਾਊਂਡ ਨਾ ਵਧੀਆ ਆਇਆ ਹਾਂ ਵਧੀਆ ਆਣਾ ਵੀ ਤੁਹਾਨੂੰ ਪਤਾ ਸਾਡਾ ਸਾਊਂਡ ਤਾਂ ਸਿਰੇ ਦਾ ਹੀ ਹੁੰਦਾ ਅੱਜ ਟੈਕਨੀਕਲ ਡਿਫਿਕਲਟੀ ਆ ਗਈ ਹੁਣ ਅਸੀਂ ਰੱਬ ਨਾਲ ਲੜ ਨਹੀਂ ਸਕਦੇ ਮਦਰ ਨੇਚਰ ਤੋਂ ਡਰ ਲੱਗਦਾ ਤੇ ਪਤਾ ਕੀ ਹੈ ਸਪੀਕਰ ਨਾ ਮਾੜੀ ਮਾੜੀ ਸਾਊਂਡ ਵੀ ਚੱਕਦਾ ਹਵਾ ਜਿਹੜੀ ਚੱਲਦੀ ਆ ਬਾਹਰ ਇਸ ਕਰਕੇ ਉਹ ਲਾਈਵ ਨਾਲ ਵਧੀਆ ਵੀਡੀਓ ਨਹੀਂ ਬਣਦੀ ਲਾ ਕੇ ਆਈ ਨੋ ਆਵਾਜ਼ ਨਹੀਂ ਇੰਨੀ ਪਰਫੈਕਟ ਆਉਣੀ ਫਿਰ ਵੀ ਵਿੱਚ ਹਵਾ ਆਉਂਦੀ ਆ ਵੀਡੀਓ ਦੇ ਵਿੱਚ ਇਸ ਕਰਕੇ ਅੱਜ ਦੀ ਵੀਡੀਓ 'ਚ ਸਾਊਂਡ ਦੀ ਪ੍ਰੋਬਲਮ ਆਊਗੀ ਆਹ ਮੈਂ ਮੁਖਤਿਆਰ कैसे है बच्चे है यार सच्ची हां ए मिठे आ मिठे खादे आ मिठे नुआ मक्का स्वाद नहीं भी वैसे पर मिठे दे आग दसो की करने हुंदे आ हां इन्ने महंगे पए होणगे इन्हां नूं की जेड़े चक्की जांदियां हाथ च देख ले दिखा ले छड़ जो इतने पूरा स्मेश नहीं करना ओए लाइन लगी हुई ट्रैक्टर से बिठा पीछे ट्राली लाई हुई है ट्राली दे गेड़ा गड़ा के ले होंदे आ वो लोग जांदे आ मेरा थोड़ा अगली बार च नंबर आऊ बाकी पैसा नहीं हां क्या एक लाल रंग का ट्रैक्टर है ना कोई नीले रंग का एक हो गया ਫੋਰਡ 5000 ਫੋਰਡ ਆ ਇਹਨਾਂ ਕੋਲੇ ਡੈਡੀ ਹੁਣਾਂ ਕੋਲ ਤਾਂ 3600 ਹੁੰਦਾ ਹੀ ਜੇ ਡੈਡੀ ਹੁਣਾਂ ਕੋਲੇ ਕਦੇ 5-5000 ਹੁੰਦਾ ਮੈਂ ਕਹਿੰਦਾ ਸਾਰੇ ਏਰੀਏ ਦੀ ਜ਼ਮੀਨ ਹੀ ਵਾਧਿਆ ਕਰਦੇ ਨਾ 3600 ਤੋਂ ਛੋਟਾ ਹੁੰਦਾ 5000 ਤੋਂ ਮੈਂ ਜਮਾਂ ਹੀ ਇਹੋ ਜਿਹਾ ਹੁੰਦਾ ਹੀ ਆਪਣਾ ਫੋਰਡ ਪਹਿਲਾਂ ਵਾਲਾ ਜਿਹੜਾ ਆਪਾਂ ਲਿਆਂਦਾ ਸੀ ਇੰਡੀਆ 3000 ਸ਼ੋਅ ਇਹਦੀ ਵਾਲੀ ਸੀ ਉਹ ਜਮਾਂ ਹੀ ਇਹਨੇ ਲਿਮਟਡ ਜੇ ਬੰਦੀ ਬਿਠਾਉਂਦੇ ਆ ਵਿੱਚ ਜਾਣ ਵਾਲੀ ਆ ਨਾ ਵੀ ਮੂਹਰੋਂ ਨਾ ਖੜਾ ਹੋ ਜੇ ਨਹੀਂ ਹੋ ਸਕਦਾ ਕਰੋਨਾ ਕਰਕੇ ਜਾਂ ਫਿਰ ਹੋ ਸਕਦਾ ਸੀਟਾਂ ਹੀ ਵਿੱਚ ਹੋਣ ਹੋਣੀਆਂ ਪਤਾ ਨਹੀਂ ਕਿਵੇਂ ਹੋਊਗਾ ਇੱਥੇ ਦੇਖ ਲਾ ਲੈ ਲਓ ਆਪਾਂ ਇੱਥੇ ਲੈਣ 'ਚ ਖੜਿਆ ਝੂਟਾ ਲੈ ਲੈਣੇ ਟਰੈਕਟਰ ਦਾ ਪੰਜਾਬ 'ਚ ਆਪਣੇ ਕੋਲ ਆਮ ਸੀ ਲੋਕਾਂ ਨੇ ਕਿਵੇਂ ਹੋਊ ਅਸੀਂ ਟਰੈਕਟਰ ਦੇ ਝੂਟਾ ਲੈ ਕੇ ਇਹਨਾਂ ਨੇ ਕਿੰਨੀ ਖਾਸ ਆਮ ਗੱਲ ਨੂੰ ਆਪਣੇ ਲਈ ਫਿਰ ਕੀ ਹੋ ਗਿਆ ਹਾਂ ਆਪਾਂ ਪੰਜਾਬ 'ਚ ਰਹਿੰਦੇ ਹੋਈਏ ਨਾ
नहीं खबर जॉन्डियर ती आ जाए मिलना तो आए नहीं इतनी टर्न अपनी थानू की लगता आऊ कि नहीं ਮੈਨੂੰ ਲੱਗਦਾ ਨਹੀਂ ਮੈਂ ਬੋਰਡ ਤੇ ਰਾਈਡ ਕਰਨਾ ਚਾਹੁੰਦਾ ਮੈਨੂੰ ਡੈਡੀ ਦਾ ਟਾਈਮ ਦਿੱਤੇ ਹੋ ਚੱਲ ਬੱਤ ਲੈਟਸ ਗੋ ਬਹਿ ਗਏ ਅਸੀਂ ਯਾ ਵੀ ਆਰ ਸਿਟਿੰਗ ਔਨ ਅ ਜੌਨ ਡੀਅਰ Yeah, old probably 100 year old. Still alive and well. Moko, are you excited, baby? Sachi? Sachi? I know tractor hai par excited ha. Pata hai unhone ne holaye mian ne seatain laiye mian ne baithne side te. Padna. खेती करनी शुरू करांगे आपदे बूटे लावांगे ते तवियां भी उन्होंने जाग दिया हौली बोलो तवियां भी उन्होंने नाल ही दे दी आपां नूं चको तवियां ओए आ की इहदे टायरां नूं की हो गया इहदे नूं
ਡੈਡੀ ਮੰਨਦਾ ਨਹੀਂ ਹੁੰਦਾ ਮੇਰੀ ਗੱਲ। ਮੈਂ ਡੈਡੀ ਨੂੰ ਕਹਿਣਾ ਹੁੰਦਾ ਵੀ ਬਾਹਰ ਟਰੈਕਟਰ ਇਹੋ ਜਿਹੇ ਆਉਂਦੇ ਨੇ ਇਹਦੀ ਫੋਟੋ ਖਿੱਚ ਲਈ ਡੈਡੀ ਨੂੰ ਭੇਜਾਂਗੇ, ਡੈਡੀ ਮੰਨਦਾ ਨਹੀਂ ਹੁੰਦਾ ਕਹਿੰਦਾ ਨਹੀਂ ਟਰੈਕਟਰ ਐ ਨਹੀਂ ਆਉਂਦੇ। ਵੀ ਟਾਇਰ ਮੂਰਲੇ ਜੁੜੇ ਹੋਏ ਇਹ ਚੱਲਦੇ ਨੇ, ਹਾਂ ਇਹ ਚੱਲਦਾ ਨਹੀਂ ਹੋਣਾ, ਇਹ ਇੱਕ ਨੁਕਸਾਨ ਘੱਟ ਕਰਦਾ ਖੇਤੀ। ਓਕੇ, ਇਹਨੇ ਕਾਈਂਡ ਆਫ ਐਂ ਬਣਾਇਆ ਹੋਇਆ ਵੀ ਮੂਰੇ ਇੱਕ ਟਾਇਰ ਲਾਇਆ ਹੋਇਆ ਚੌੜਾ, ਹਨਾ ਦੋ ਲਾਏ ਰਿਆ, ਪਰ ਇਹ ਕਟਾਈ ਬੜੀ ਸੌਖੀ ਹੈ ਇਹਦੀ ਸੱਚੀ। ਆ ਹੁਣ ਯਾਰ ਔਖਾ ਕੱਟੂਗਾ, ਮੈਂ ਤਾਂ ਆਪ ਨਾ ਮੰਨਦੀ ਜੇ ਨਾ ਦੇਖਦੀ, ਹੈ ਮੈਂ ਤਾਂ ਆਪ ਨਾ ਮੰਨਦੀ ਜੇ ਨਾ ਦੇਖਦੀ। ਅੱਜ ਆ ਜਾਲੀ ਹੁੰਦੀ ਸੀ ਆਪਣੇ ਫੋੜ ਦੇ ਉਦੋਂ, ਆ ਜਾਲੀ ਹੁਣ ਤਾਂ ਪਤਾ ਨਹੀਂ ਆਉਂਦੀਆਂ, ਇਹ ਜਾਲੀ ਵਸੇ ਨੂੰ ਜਾਲੀ ਚ ਐ ਹੱਥੀ ਫੇਰੀ ਜਾਣੇ, ਟਰੈਕਟਰ ਜੋ ਖੜਾ ਹੋਣਾ ਨਾ ਵਿੱਚ ਆਪਣੇ ਵਰਾਂਡੇ ਚ ਉਹਨੂੰ ਐ ਜਾਲੀ ਚ ਐ ਕਰੀ ਜਾਣਾ। ਛੋਟੇ ਹੁੰਦੇ ਨੇ ਫੋੜ ਦੀਆਂ ਯਾਦਾਂ ਆ ਗਈਆਂ ਯਾਰ, ਦਿਲ ਆਪਣੇ ਘਰ ਦੇ ਨੇ ਕਿੰਨੀਆਂ ਜ਼ਮੀਨਾਂ 'ਚ ਕੀ ਕੁਛ ਕੀਤਾ, ਹਨਾ ਬੰਦਾ ਬਾਹਰ ਆ ਜਾਂਦਾ ਇੰਨਾ ਕੁਛ ਬਣਾ ਕੇ। ਆ ਜਾਓ ਕਰ ਫਿਰ, ਮੈਂ ਕੀ ਆ ਆਦੇ ਇੱਥੇ ਬਹਿ ਕੇ ਫੋਟੋ ਖਿਚਾਉਣ ਨੂੰ। ਉਹ ਐਨੀਮਲ ਕ੍ਰੋਸਿੰਗ ਵਾਲਾ ਦੇਖ ਕੇ ਇਹ ਕੀ ਆ, ਸ਼ੂ ਬਹੁਤ ਲਿਬੜਦੇ ਆ ਕੀ ਬਣਿਆ ਪਿਆ ਉਹ ਗੱਡੀ ਜੀ ਦਾ, ਹਨਾ ਇੱਕ ਟਾਈਮ 'ਚ ਉਹ ਵਧੀਆ ਚੱਲਦੀ ਹੋਊਗੀ। ਇਹੋ ਜਿਹੀ ਆਪਾਂ ਲੋਕਾਂ ਨੇ ਕਹਿੰਦਾ ਫੁਕਰੀ ਮਾਰੀ ਜਾਂਦਾ, ਇਹੋ ਜਿਹੀ ਪਹਿਲੀ ਗੱਡੀ ਸੀਗੀ ਤਾਏ, ਜਿਵੇਂ ਸਮਾਨ ਢੋਣੇ ਹੁੰਦੇ ਸੀ ਆਪਣਾ ਬਾਪੂ ਜੀ ਮੇਰਾ ਦਾਦਾ, ਤਾਇਆ ਤੇ ਡਰਾਈਵਰੀ ਸਿੱਖਿਆ ਸੀ ਤਾਂ ਸੱਚੀ। ਹਾਂ ਜਦੋਂ ਵੀ ਲੰਘਦੇ ਹੁੰਦੇ ਆ ਚਾਹੇ ਤਾਏ ਨੂੰ ਫੋਟੋਆਂ ਦਿਖਾ ਦੀ, ਪਹਿਲੀ ਗੱਡੀ ਜਦੋਂ ਵੱਡੇ ਟਰੱਕ ਲਿਆਉਣ ਤੋਂ ਪਹਿਲਾਂ ਆਹ ਗੱਡੀ 'ਤੇ ਮਾਂ ਢੋਣੇ ਹੁੰਦੇ ਦਿਖਾ ਦੇ, ਲੱਗਦਾ ਨਹੀਂ ਇਹਨੇ ਮਿਹਨਤ ਕਰੀ ਹੈ ਤਾਂ ਮਿਹਨਤ ਕਰੀ ਫਿਰ ਤੇ ਤੀ ਕਿਆ ਸੀ 24-91-10-71-62। ਇਹ ਕਿਹੜੀ ਗੱਡੀ ਆ? ਇਹ ਸ਼ੈਵੀ ਵਾਲਿਆਂ ਦੀ ਆ, ਸ਼ੈਵਰਲੇਟ ਦੀ ਪਤਾ ਨਹੀਂ। ਮੈਂ ਤਾਂ ਤਾਏ ਨਹੀਂ, ਮੈਂ ਆਈ ਕਹਿੰਨੀ ਆ, ਮੈਂ ਗੱਡੀ ਨਹੀਂ ਦੇਖੀ ਇਹ ਮੇਰੇ ਜਾਣ ਤੋਂ ਪਹਿਲਾਂ, ਤਾਇਆ ਦਿਖਾਉਂਦਾ ਹੁੰਦਾ ਜਦੋਂ ਇਹ ਗੱਡੀ ਤਾਇਆ ਦੇਖ ਲਈ ਸੀ ਤਾਂ ਉਹਦੀ ਉਹ ਕਹੂਗਾ ਵੀ ਆਪਾਂ ਇਹੋ ਜਿਹੀ ਲਿਆਂਦੀ ਸੀ ਪਹਿਲਾਂ। ਮੇਰੇ ਜਨਮ ਤਾਂ ਦੂਜੇ ਵੱਡੇ ਟਰੱਕ ਆ ਗਏ ਸੀ ਇਸ ਸੋਹਣੀ। ਮੈਂ ਇਹ ਪੁੱਛ ਰਹੀ ਵੀ ਇਹ ਇੱਕ ਟਾਈਮ 'ਚ ਤਾਂ ਇੱਥੇ ਬਾਹਰ ਇਹਨਾਂ ਕੋਲ ਚੱਲਦੀ ਹੋਊਗੀ, ਅੱਜ ਕਵਾੜ ਜਿਹਾ ਬਣਿਆ ਪਿਆ ਪਹਿਲਾਂ ਤਾਂ ਚੱਲਦੀ ਸੀ ਇੰਜਨ ਉਂਜਨ ਆਹ ਕੋਲ। ਹਾਂ ਹੁਣ ਕੀ ਬਣਿਆ ਪਿਆ ਇਹ ਯਾਰ, ਐਡਾ ਡਾਲਾ ਸੀ ਇਹਦੇ, ਐਡਾ ਡਾਲੇ ਮੁੱਕਿਆ ਰਾਜਾ ਪੁੱਤ, ਬਹੁਤ ਮਾਰ ਢੋਂਦੇ ਹੁੰਦੇ ਇਹ। ਉਹ ਦੇ ਉਹ ਫੋਟੋ ਖਿਚਾਉਣ ਨੂੰ ਹੀ ਹੋਊ ਕੁਛ, ਆਜਾ ਪੁੱਤ ਦੀਆਂ ਫੋਟੋ ਖਿੱਚਾਂ ਆਜਾ। ਮੈਨੂੰ ਨੀ ਲੱਗਦਾ ਕਿਵੇਂ ਪੁੱਛਾਂ। ਹਾਂ ਪੁੱਛਿਓ ਤੋਂ ਤੁਸੀਂ ਪੁੱਛ ਕੇ ਆਓ। ਚੱਲ ਮੁੱਕੋ ਉੱਥੇ ਬਹਿ ਫੋਟੋ ਦੇ ਗਾਓ ਇੱਥੇ ਬਹਿ ਜਾ, ਚੱਲ ਇੱਥੇ ਬਹਿ ਜਾ ਪਹਿਲਾਂ। ਡੋਰ ਨਹੀਂ ਹੈਗਾ ਪੁੱਤ, ਤਾਂ ਉਈ ਉਹਨਾਂ ਨੇ ਕਰਿਆ ਹੋਇਆ ਬੰਦ ਕੀਤਾ ਹੋਇਆ। ਚੱਲ ਆ ਜਾ ਪੁੱਤ, ਖੋਲਣਾ ਨਹੀਂ ਆ, ਜਵਾਕਾਂ ਲਈ ਸੈਕਸ਼ਨ ਜਿਹਾ ਬਣਾਇਆ ਹੋਇਆ ਨਿੱਕਾ ਜਿਹਾ ਫੋਟੋਆਂ ਖਿੱਚਣ ਨੂੰ। ਆ ਚੱਲੀਏ ਬਾਏ ਕਾਤੀ। ਜੇ ਮੈਂ ਸਾਰਾ ਡੇ ਸਪੈਂਡ ਕਰ ਸਕਦਾ ਮੁੰਡਾ ਜੇ ਚਲੇ ਇੱਥੇ, ਪਹਿਲਾਂ ਅਰਲੀ ਆ ਕੇ ਰਾਂਝਾ ਬੈਠੇ ਇੱਧਰ। ਹਾਂ ਮਿਕਸੀ ਫਲਾਵਰ ਬਹੁਤ ਸੋਹਣੇ ਲੱਗਦੇ ਆ ਹਨਾ। ਗੰਦਾ ਹੋਇਆ ਕਰਤਾ, ਤੂੰ ਚੱਕ ਲਿਆ ਕਰ ਫਿਰ ਪਹਿਲਾਂ ਹੀ। ਤੁਸੀਂ ਗੰਦਾ ਪੌਪ ਕਰਤਾ, ਕਹਿ ਕਹਿ ਮੁਖਤਿਆਰ ਆਏ ਕਿਵੇਂ ਰੁਕ ਜਾ, ਕਹਿ 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 ਆਏ ਨਾ ਕਰ, ਤੂੰ ਹੁਣ ਇਹਨੂੰ ਲਿਫਾਫਾ ਹੀ ਫਾੜ ਦੇਣਾ, ਹਟ ਜਾ
ਸੌਰੀ ਬੋਰੀ ਸੋਈ ਕੀ ਕਰਾਂ ਫੋਟੋ ਹੈ ਓਕੇ ਰੈਡੀ ਉਹ ਇੰਟਰਨੈਸ਼ਨਲ ਵੀ ਖੜਾ ਜੋ ਚੱਟਾ ਵੀ ਖੋ ਵੀ ਖੜਾ ਦੂਜਾ ਨਹੀਂ ਅਸੀਂ ਨਹੀਂ ਖਜੋਣ ਟਰੈਕਟਰ ਰੰਗ ਦਾ ਜੌਂਡੀ ਚੱਕੋ ਇਧਰ ਨੂੰ मैं तो वीडियो बना रही हूँ, मैंने फोटो नहीं खींचा अभी आपका भेज दिया। चल बत इत फ्लावर च इन सोहनिया फोटो आदि बहुत ज्यादा बहुत सोहनिया फोटो आदि है ना मुख्तियार नहीं फ्लावर च कहनिया बहुत सोहनिया फोटो आदि ਇੱਥੇ ਕਾਇੰਡ ਆਫ ਫੋਟੋ ਫਰੇਮ ਜੀ ਵਾਂਗੂ ਲਾਇਆ ਹੋਇਆ ਫਰੇਮ ਲਾਇਆ ਹੋਇਆ ਵਾ ਵੀ ਆਪਾਂ ਫੋਟੋ ਖਿਚਾ ਸਕਦੇ ਆ ਇੱਥੇ ਹਾਂਜੀ ਬੁੱਤ ਨਵੇਂ ਲੈਣੇ ਆ ਅੱਛਾ ਗੰਦੇ ਹੋ ਗਏ ਹੈ ਫੇਕੇ ਹੋ ਗਿਆ ਧੋ ਲਾਂਗੇ ਆ ਸੁਣ ਲਓ ਸਟੋਰ ਜਾਣਾ ਨਵੇਂ ਸ਼ੂ ਲੈਣੇ ਆ ਗੰਦੇ ਹੋ ਗਏ ਸਟੋਰ ਜਾਣਾ ਗੰਦ ਹੁਣ ਆ ਦੇਖ ਲਾ ਤਾਂ ਗੰਦੇ ਹੋਣਗੇ ਬੁੱਤ ਤੂੰ ਆਪ ਕਰਦਾ ਇਹਦਾ कपड़े भी गंदे हो गए तेरे ता हाँ गंदे हो गए और येलो जॉन्डियर मैं आई नेवर सीन अ येलो खट्टा जॉन्डियर मैं कभी देखे ही नहीं आई डोंट नो द नेम दैट तो आज देखिए ना अब देख लीजिए मुख्तियार नो चलो आज हां जी बहुत सोहना गा इत फुल बहुत सोहने ने जो तुम आना चाहते हो आ सकते हो ਤੁਹਾਡੀ ਜਿਵੇਂ ਡੇਲੀ ਐਕਟੀਵਿਟੀ ਕਰਨੀ ਹੋਵੇ ਵਧੀਆ ਫਨ ਆ ਵਨ ਡੇ ਲਈ ਬੱਚਿਆਂ ਲਈ ਬਹੁਤ ਕੁਛ ਦੇਖਣ ਨੂੰ ਟਰੈਕਟਰ ਦੀ ਰਾਈਡ ਆ ਹੋਰ ਇੱਥੇ ਫੋਟੋਆਂ ਨੇ ਬਹੁਤ ਸੋਹਣਾ ਜਿਹੜਾ ਇਹਨਾਂ ਨੇ ਬਣਾਇਆ ਵਧੀਆ ਹੈਗਾ ਸਭ ਕੁਛ ਆਹ ਲਾਈਕ ਹੈ ਤੁਹਾਨੂੰ ਵਧੀਆ ਲੱਗਿਆ ਇਹਦੇ ਜਵਾਕਾਂ ਨੂੰ ਟਰੈਕਟਰ ਟਰੂਟਰ ਵਾਲੀ ਇਹ ਚੀਜ਼ ਵਧੀਆ ਲੱਗਦੀ ਹੈ ਕਿਉਂਕਿ ਇਹਨਾਂ ਨੇ ਕਿਹੜਾ ਦੇਖੀ ਹੁੰਦੀ ਆ ਜਾਂ ਇੰਡੀਆ ਵਾਲੇ ਜਵਾਕਾਂ ਨੂੰ ਨਹੀਂ ਇੰਨਾ ਫਰਕ ਪੈਂਦਾ ਤੇ ਕਿਉਂਕਿ ਆਮ ਹੁੰਦੀ ਆ ਤੇ ਬਾਕੀ ਬਸ ਆਹੀ ਸੀ ਦੇਖਣ ਨੂੰ ਤੇ पूरा चलो खेतां च खुला डुला बनिया करके हां खेत ही ने मतलब भी ताही खुली डुली पार्किंग आ पूरी जिथे मर्जी लो मैं लगा पता नहीं कोई भाई तो किथे रहिंदा हो कोले घर च बनिया थोनू लगदा हो खबर उत्थे पर टेक केयर करन वाले रहिंदे होणे दी ਪੈਸੇ ਬਣਦੇ ਆ ਵਧੀਆ ਟੇਕ ਕੇਅਰ ਨੂੰ ਵੀ ਕੋਈ ਰੱਖਿਆ ਹੀ ਹੋਊਗਾ ਵਧੀਆ ਫੁੱਲ ਤਾਂ ਵੇਚ ਦੇਣੇ ਇਹਨਾਂ ਨੇ ਮਦਰ ਡੇ ਆਉਣਾ ਫਾਦਰ ਡੇ ਆਉਣਾ ਉਦੋਂ ਵੇਚ ਦੇਣੇ ਫੁੱਲ ਤਾਂ ਇਹ
ਫਿਰ ਉਸ ਤੋਂ ਬਾਅਦ ਦੁਬਾਰਾ ਹੋਣਗੇ ਹਾਂ ਵਧੀਆ ਇੱਕ ਇਨਕਮ ਦਾ ਸੋਰਸ ਆ ਇੰਨੀਆਂ ਹੁਣ 500 ਗੱਡੀ ਤਾਂ ਹੋਊ ਇੱਥੇ ਓਕੇ ਵੀ ਆਹ ਵਾਲੇ ਵੈਦਰ ਚ ਇਹਦੇ ਵਿੱਚ ਜਦੋਂ ਫੁੱਲ ਹੋ ਜਾਂਦੇ ਆ ਪਹਿਲਾਂ ਆਹ ਲਾ ਦਿੰਦੇ ਨੇ ਹਾਂ ਪਹਿਲਾਂ ਲੋਕਾਂ ਨੂੰ ਦਿਖਾਉਂਦੇ ਨੇ ਫਿਰ ਮਦਰਸ ਡੇ ਆਉਣਾ ਫਾਦਰ ਡੇ ਆਉਣ ਵਾਲੇ ਹੈਗਾ ਹਾਂ ਉਦੋਂ ਇਹ ਵੇਚ ਦੇਣਗੇ ਵਧੀਆ ਗੱਲ ਆਉਂਦਾ ਯਾ ਇਧਰ ਦੀ ਆ ਜਾਓ ਆਪਾਂ ਰੋਂਗ ਵੀ ਆ ਗਏ ਸਾਰੇ ਜਣੇ ਕਿਉਂ ਤੁਹਾਨੂੰ ਇੱਧਰ ਆਉਣਾ ਚਾਹੀਦਾ ਸਾਨੂੰ ਇੱਧਰ ਮੈਂ ਤਾਂ ਸ਼ੂ ਸਾਫ ਕਰਦਾ ਲੈ ਪਿੱਛੋਂ ਵਾਈਪ ਕੱਢੀਏ ਖੋਲਿਓ ਲੋਕ ਥੱਕ ਗਏ ਯਾਰ ਅੱਜ ਤਾਂ ਬਸ ਹੋ ਗਈ ਹਾਂ ਟਾਇਰਡ ਹੋ ਗਏ ਜਮੇ ਸਵੇਰ ਦਾ ਹੀ ਖਾਧਾ ਪਿਆ ਘਰੇ ਹੁਣ ਆ ਕੇ ਬਾਹਰ ਹਲੇ ਕੋਈ ਖਾਧਾ ਨੀ ਤਾਂ ਕਰਕੇ ਭੁੱਖ ਬਹੁਤ ਲੱਗੀ ਪੌਪਕੋਰਨ ਤਾਂ ਉਈ ਜੇ ਖਾ ਲੇ ਹੁਣ ਬਹੁਤ ਭੁੱਖ ਲੱਗੀ ਆ ਇਹਨੇ ਵਧੀਆ ਹਮ ਨਹੀਂ ਸੀ ਉਹਦੀ ਮੱਛੇ ਜੇ ਸੀਗੇ ਬੜਾ ਮਿੱਠਾ ਹੈ ਵਧੀਆ ਨਹੀਂ ਰਹਿੰਦਾ ਪਤਾ ਨਹੀਂ ਲੋਕ ਕਿਵੇਂ ਖਾਈਏ ਨੂਆਂ ਨਾਲੇ ਉਹਦੇ ਸਾਥ ਵਧੀਆ ਲੱਗਣੇ ਹਾਂ ਹੋਰ ਹੀ ਮਨ ਜਿਹਾ ਕੱਚਾ ਹੈ ਖਾਧਾ ਮਿੱਠਾ ਤੁਸੀਂ ਆਹੀ ਗੱਡੀ ਦੀ ਗੱਲ ਕਰਦੇ ਸੀ ਉਹ ਕਹਿੰਦਾ ਮੈਂ ਦਿਖਾ ਦਾ ਮੇਰੇ ਕੋਲ ਆਵਾਜ਼ ਹੈਗੀ ਆ ਹਾਂ ਉਹਨੂੰ ਕਿਵੇਂ ਪਤਾ ਲੱਗ ਗਿਆ ਅੱਛਾ ਅਗਰ ਦਿਖਾ ਕੇ ਗਿਆ ਹੈ ਪੂਰਾ ਵੀ ਉਹ ਕਹਿੰਦਾ ਚੱਕ ਮੇਰੇ ਕੋਲ ਵੀ ਆਵਾਜ਼ ਹੈਗੀ ਆ ਸੋ ਅਸੀਂ ਆ ਗਏ ਜਿੱਥੇ ਅਸੀਂ ਫੂਡ ਖਾਣਾ ਆ ਯੂਨੋ ਸਾਡੀ ਫੇਵਰੇਟ ਜਗ੍ਹਾ ਇਹ ਇੰਨਾ ਜ਼ਿਆਦਾ ਸਵਾਦ ਫੂਡ ਮਿਲਦਾ ਨਾ ਇਹਨਾਂ ਦੇ ਓ ਮਾਈ ਗਾਡ ਫੂਡ ਟਰੱਕ ਆ ਮਕਸੀਕਿਆਂ ਦਾ ਬਹੁਤ ਜ਼ਿਆਦਾ ਸਵਾਦ ਬਰੀਟੋ ਆ ਇਹਨਾਂ ਦਾ ਐਂਡ ਤੋਤਾ ਰਾਈਟ ਕਰਦੇ ਹੇ ਤੋਤਾ ਪਾਸਤਾ ਕਿੱਥੇ ਮਿਲਣਾ ਪੁੱਤ ਤੋਤਾ ਮਿਲੂਗਾ ਇੱਥੇ ਤਾਂ ਤੂੰ ਫੋਟੋਆਂ ਘੱਟ ਖਿੱਚ ਫੋਟੋਆਂ ਖਿੱਚ ਉਹਦੇ ਆ ਗਿਆ ਫੂਡ ਫੂਡ ਆ ਗਿਆ ਫੂਡ ਚੱਲ ਆ ਜਾ ਇੱਥੇ ਤੈਨੂੰ ਚੱਕ ਕੇ ਲੈ ਕੇ ਜਾਵਾਂ ਗੋਦੀ ਚ ਇੱਥੇ ਆ ਜਾ ਬਾਹਰ ਬਹਿ ਕੇ ਖਾਈਏ ਉਹ ਕਹਿੰਦੇ ਆਪਦਾ ਸਾਫ ਕਰੋ ਸਾਫ ਕਰਕੇ ਬੈਠੋ ਸੈਨੇਟਾਈਜ਼ ਕਰਕੇ ਲਿਆਓ ਮੈਂ ਚੱਕਾਂ ਫੂਡ ਹੋਲਡ ਆਨ ਆ ਲਓ ਆ ਵੀ ਚੱਕਦਾ ਇੱਕ ਮਿੰਟ ਰੁਕੋ ਇਧਰ ਨੂੰ ਕਰ Thank you. Papa. At you, Daddy. Hey, come on, brother. ਅੱਜ ਜਿਹੜਾ ਸਾਨੂੰ ਵਧੀਆ ਲੱਗਦਾ ਉਹ ਤਾਂ ਹੈ ਨਹੀਂ ਸੀਗਾ ਇਹਨਾਂ ਨੇ ਤੋਤਾ ਚ ਮੁੱਕਿਆ ਹੋਇਆ ਸੀ ਇਹਨਾਂ ਦਾ ਤੋਤਾ ਸਾਡਾ ਫੇਵਰਿਟ ਆ ਤੋਤਾ ਆਨੇ ਚਾਕੂ ਨੇ ਹਾਂ ਤੋਤਾ ਉਹ ਸ਼ਟਰ ਨਹੀਂ ਪੁੱਤ ਨਾ ਇਹਦੀ ਵੱਧ ਮੰਮੀ ਮੰਮੀ ਵੱਧ ਤੋਤਾ ਤਾਂ ਬੜਾ ਘੈਂਟ ਹੁੰਦਾ ਉਹ ਇਹਨਾਂ ਨੇ ਮੈਚ ਕਰ ਲਿਆ ਪਤਾ ਇਹਨਾਂ ਦਾ ਡੋਲ ਦੇਗਾ ਦੇਖੋ ਬਈ ਬਰੀਟੋ ਆਹ ਇਹ ਹਾਫ ਹਾਫ ਕੱਟ ਲਿਆ ਕਿਉਂਕਿ ਬੀਟੋ ਉਹ ਹੁੰਦਾ ਆ ਥੋੜਾ ਜਿਹਾ ਹੈਵੀ ਵਾਲਾ ਹੁੰਦਾ ਫਿਰ ਉਹਦਾ ਪਤਾ ਇੱਕ ਮਿੰਟ ਅੱਧਾ ਤਾਂ ਖਾਵਾਂਗੇ ਤੇ ਰਾਈ ਹੇਅਰ ਟਾਕੋਸ ਨੇ ਇਹਦਾ ਚਿੱਤਾ ਨਾ ਹੁਣ ਅਸੀਂ ਖਾਣ ਲੱਗੇ ਹਾਂ ਤੇ ਤੁਹਾਨੂੰ ਖਾ ਕੇ ਮਿਲਦੇ ਹਾਂ ਬਹੁਤ ਭੁੱਖ ਲੱਗੀ ਆ ਡਾਕੋ ਦੇਖੋ ਕਿੰਨੇ ਘੈਂਟ ਨਾ
ਸੋਜੀ ਸੀ ਲੱਗਦਾ ਰੈਸਟ ਰੂਮ ਹੀ ਆ I don't know. Yeah, restroom in it. Sohni jagah bahut hi me relaxing ji hai. Kalle nu to dar hi lagda. Par sohni bahut hai. Utaa de highway di. Awaaz sundi hai highway kol di ho janda jamai. ਇਹ ਤਾਂ ਉਹੀ ਰੋਡ ਆ ਜਿੱਥੋਂ ਦੀ ਅਸੀਂ ਆਏ ਹਾਂ ਹਾਈਵੇ ਉੱਧਰ ਦੀ ਜਾਂਦਾ ਹਾਈ ਤੂੰ ਤਾਂ ਟਾਇਰਡ ਸੀਗਾ ਇਹ ਸੌਣ ਲੱਗਿਆ ਸੀ ਦੇਖ ਕੇ ਪਾਣੀ ਨੂੰ ਆਏ ਐਕਟਿਵ ਹੋ ਗਿਆ ਬੇਬੀ ਤੂੰ ਤਾਂ ਟਾਇਰਡ ਸੀ ਠੰਡ ਬਹੁਤ ਆ ਹੁਣ ਤਾਂ ਮੁਕਤ ਯਾਰ ਇੱਧਰ ਆ ਜਾ ਉਧਰ ਨੂੰ ਗਿਆ ਪਤਾ ਨੀ ਸ਼ਾਵਰ ਵੀ ਨੇ ਲੈ ਇਹ ਮੈਨੂੰ ਲੱਗਦਾ ਕਿਸੇ ਟਾਈਮ ਚ ਇੱਥੇ ਪੂਰਾ ਵਧੀਆ ਬਣਾਇਆ ਹੋਊ ਇਹਨਾਂ ਨੇ ਉਹਦੇ ਉਹਦੇ ਕੀ ਫਾਇਦਾ ਉਹਦੇ ਡਾਕਾਂ ਕੀ ਨੇ ਬਰਡ ਡਾਕ ਆਈ ਡੋਨਟ ਨੋ ਕੀ ਆ ਉਹ ਫਿਰਦੇ ਆ ਮੈਂ ਡੋਨ ਸ਼ਿਪ ਸ਼ਿਪ ਕਿੱਥੇ ਪੁੱਤ ਉਹਨੀ ਮਿੰਨੀ ਮਿੰਨੀ ਹਾਈ ਹਾਈ ਸ਼ਿਪ ਤਾਂ ਹੈ ਨਹੀਂ ਉਹ ਜੋ ਕਿਹੜੀ ਇਹ ਜੋ ਰਬੜ ਦੀ ਬੋਟ ਛੱਡ ਕੇ ਜਾਂਦਾ ਨਹੀਂ ਤਕੜੀ ਵਾਲੀ 500 ਵਾਲੀ ਪਰ ਇਹ ਵੀ ਡੂੰਗਾ ਤਾਂ ਹੋਊਗਾ ਪਰ ਇਹ ਕਿਹੜਾ ਹੋਈ ਸੂਟ ਤੋਂ ਵੱਧ ਜੂ ਘੱਟ ਜੂ ਆਹੋ ਲੋਕ ਗਏ ਪਤਾ ਨੀ ਕਿੱਥੇ ਹੋਏ ਨੇ ਗੱਡੀਆਂ ਖੜਾ ਕੇ ਹੈ ਯਾ ਹਾਂ